ਭ੍ਰਿਸ਼ਟਾਚਾਰ ਦੇ ਆਰੋਪਾਂ ਦੇ ਵਿੱਚ ਇੱਕ ਹੋਰ ਆਮ ਆਦਮੀ ਪਾਰਟੀ ਦੇ MLA ਨੂੰ ED ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਆਮ ਆਦਮੀ ਪਾਰਟੀ ਦੇ MLA ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ED ਦੇ ਵੱਲੋਂ ਮਨੀ ਲਾਂਡਰਿੰਗ ਕੇਸ ਦੇ ਤਹਿਤ ਲੰਮੀ ਚੱਲੀ, ਤਕਰੀਬਨ 4 ਘੰਟੇ ਤੱਕ ਲੰਮੀ ਚੱਲੀ ਉਹਨਾਂ ਦੇ ਘਰ ਦੇ ਵਿੱਚ ਚੱਲੀ ਰੇਡ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਆਮ ਆਦਮੀ ਪਾਰਟੀ ਦੇ MLA ਦੇ ਉੱਪਰ ED ਦਾ ਸਿਕੰਜਾ ਕੱਸਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸ ਦਈਏ ਕਿ ਮਾਮਲਾ ਦਿੱਲੀ ਦੇ ਆਮ ਆਦਮੀ ਪਾਰਟੀ ਦੇ MLA ਅਮਾਨਤੁੱਲਾ ਖਾਨ ਦੇ ਨਾਲ ਜੁੜਿਆ ਹੋਇਆ ਸਾਹਮਣੇ ਆ ਰਿਹਾ ਹੈ। ED ਦੇ ਵੱਲੋਂ ਉਹਨਾਂ ਦੇ ਘਰ ਦੇ ਉੱਪਰ ਤਕਰੀਬਨ 4 ਘੰਟੇ ਚੱਲੀ ਲੰਬੀ ਰੇਡ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ED ਨੇ ਸਵੇਰੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖਾਨ ਨੂੰ ਅਰੈਸਟ ਕਰ ਲਿਆ ਹੈ। ED ਦਿੱਲੀ ਬਕਬੋਰਡ ਮਨੀ ਲਾਂਡਰਿੰਗ ਕੇਸ ਦੇ ਵਿੱਚ ਪੁੱਛਤਾਛ ਦੇ ਲਈ ਸਵੇਰੇ ਉਹਨਾਂ ਦੇ ਘਰ ਪਹੁੰਚੀ ਸੀ, ਪੁੱਛਤਾਛ ਕੀਤੀ, 4 ਘੰਟੇ ਤਕਰੀਬਨ ਚੱਲੀ ਇਸ ਪੁੱਛਗਛ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਗਿਆ। ਸਵੇਰੇ 8:15 ਉਹਨਾਂ ਦੇ ਘਰ ਪਹੁੰਚੀ ED ਦੀ ਟੀਮ ਦੇ ਵੱਲੋਂ ਪੁੱਛਤਾਛ ਕੀਤੀ ਗਈ ਸੀ, ਜਾਂਚ ਕੀਤੀ ਜਾ ਰਹੀ ਸੀ ਘਰ ਦੀ, ਅਤੇ 4 ਘੰਟੇ ਪੁੱਛਤਾਛ ਕਰਨ ਤੋਂ ਬਾਅਦ ਦੁਪਹਿਰ ਤਕਰੀਬਨ 12:15 ED ਦੇ ਅਫਸਰਾਂ ਵੱਲੋਂ ਉਹਨਾਂ ਨੂੰ ਅਰੈਸਟ ਕਰਕੇ ED ਦੇ ਦਫ਼ਤਰ ਵੱਲ ਚਾਲੇ ਪਾ ਦਿੱਤੇ ਗਏ ਨੇ। ਸੋ ਵੱਡੀ ਖਬਰ ਆਮ ਆਦਮੀ ਪਾਰਟੀ ਦੇ MLA ਅਮਾਨਤੁੱਲਾ ਖਾਨ ਦੇ ਨਾਲ ਜੁੜੀ ਹੋਈ, ਜਿਹੜੇ ਕਿ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਦੱਸ ਦਈਏ ਕਿ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਪਹਿਲਾਂ ਵੀ ED ਦੇ ਵੱਲੋਂ ਇਸ ਮਾਮਲੇ ਦੇ ਵਿੱਚ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਸੀ। ਦੱਸ ਦਈਏ ਕਿ 2016 ਤੋਂ ਇਹ ਮਾਮਲਾ ਚੱਲ ਰਿਹਾ, ਬਕ ਬੋਰਡ ਦੇ ਨਾਲ ਸੰਬੰਧਿਤ ਇਹ ਮਾਮਲਾ ਹੈ, ਜਿਸ ਦੇ ਵਿੱਚ ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਇਹ ਪੁੱਛਗਿੱਛ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਅਮਾਨਤੁੱਲਾ ਖਾਨ ਤੋਂ 2 ਵਾਰ ਪੁੱਛਗਿੱਛ ਕੀਤੀ ਹੈ ਅਤੇ ਅੱਜ 4 ਘੰਟੇ ਚੱਲੀ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਅਰੈਸਟ ਕੀਤਾ ਗਿਆ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਇਹ ਵਿਧਾਇਕ ਓਖਲਾ ਸੀਟ ਤੋਂ ਵਿਧਾਇਕ ਨੇ ਅਤੇ ਇਹਨਾਂ ਦੇ ਉੱਪਰ ਦਿੱਲੀ ਬਕ ਬੋਰਡ ਦਾ ਅਧਿਅਕਸ਼ ਰਹਿੰਦੇ ਹੋਏ 32 ਲੋਕਾਂ ਦੀ ਨਜਾਇਜ਼ ਭਰਤੀ ਅਤੇ ਫੰਡ ਦੇ ਗਲਤ ਇਸਤੇਮਾਲ ਦੇ ਜਿਹੜੇ ਦੋਸ਼ ਨੇ ਉਹਨਾਂ ਦੇ ਉੱਪਰ ਲੱਗੇ ਹੋਏ ਨੇ, ਅਤੇ ਨਾਲ ਹੀ ਨਾਲ ਬਕ ਬੋਰਡ ਦੀਆਂ ਜਿਹੜੀਆਂ ਸੰਪੱਤੀਆਂ ਨੇ ਉਹਨਾਂ ਨੂੰ ਕਿਰਾਏ ਦੇ ਉੱਪਰ ਦੇਣ ਦੇ ਵੀ ਇਹ ਗੱਲ ਸਾਹਮਣੇ ਆਈ ਸੀ। ED ਪਹਿਲਾਂ ਵੀ 2 ਵਾਰ ਅਮਾਨਤੁੱਲਾ ਤੋਂ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਪੁੱਛਗਿੱਛ ਕਰ ਚੁੱਕੀ ਹੈ। ਸੋ ਦੱਸ ਦਈਏ ਕਿ ਹੁਣ ਜਦੋਂ ਪੁੱਛਗਿੱਛ ਕੀਤੀ ਗਈ ਹੈ ਤਾਂ 4 ਘੰਟੇ ਚੱਲੀ ਲੰਮੀ ਪੁੱਛਗਿੱਛ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਇਸ MLA ਨੂੰ ਹੁਣ ਜਿਹੜਾ ਉਹ ਗ੍ਰਿਫਤਾਰ ਹੈ ਕੀਤਾ ਗਿਆ। ਸੋ ਜੇਕਰ ਇਹਨਾਂ ਦੇ ਉੱਪਰ ਜਿਹੜੇ ਆਰੋਪ ਨੇ ਉਹ ਜਿਹੜੇ ਲੱਗੇ ਨੇ, ਜਿਸ ਤਰ੍ਹਾਂ ਆਰੋਪਾਂ ਦੇ ਤਹਿਤ ਇਹ ਗ੍ਰਿਫਤਾਰੀ ਕੀਤੀ ਗਈ ਹੈ, ਉਸਦੇ ਵਿੱਚ ਦਿੱਲੀ ਬਕ ਬੋਰਡ ਦੀ ਇਹ ਮਾਮਲੇ ਨਾਲ ਸੰਬੰਧਿਤ ਇਹ ਪੂਰਾ ਮਾਮਲਾ ਹੈ। ਦਿੱਲੀ ਬਕ ਬੋਰਡ ਦੇ ਅਧਿਅਕਸ਼ ਰਹਿੰਦੇ ਹੋਏ 32 ਲੋਕਾਂ ਦੀ ਜਿਹੜੀ ਭਰਤੀ ਦੀ ਗੱਲ ਹੈ, ਜਿਹੜੀ ਅਵੈਧ ਰੂਪ ਦੇ ਵਿੱਚ ਗਲਤ ਤਰੀਕੇ ਦੇ ਨਾਲ ਕੀਤੀ ਗਈ ਸੀ, ਇਹ ਮਾਮਲੇ ਦੇ ਵਿੱਚ ਸੀ। ਮਨੀ ਲਾਂਡਰਿੰਗ ਦਾ ਇਹ ਮਾਮਲਾ ਹੈ ਅਤੇ ਜਿਹੜੇ ਕਈ ਤਰੀਕੇ ਦੇ ਨਾਲ ਬਕ ਬੋਰਡ ਦੀਆਂ ਕਈ ਸੰਪੱਤੀਆਂ ਸੀ ਜਿਨ੍ਹਾਂ ਨੂੰ ਗਲਤ ਤਰੀਕੇ ਦੇ ਨਾਲ ਕਿਰਾਏ ਦੇ ਉੱਪਰ ਦਿੱਤਾ ਗਿਆ ਸੀ, ਇਹ ਵੀ ਅਮਾਨਤੁੱਲਾ ਖਾਨ ਦੇ ਉੱਪਰ ਜਿਹੜੇ ਆਰੋਪ ਨੇ ਉਹ ਲੱਗੇ ਨੇ। ਬਕ ਬੋਰਡ ਦੇ ਗਲਤ ਫੰਡਾਂ ਦੀ ਗਲਤ ਇਸਤੇਮਾਲ ਕਰਨ ਦੇ ਜਿਹੜੇ ਦੋਸ਼ ਨੇ ਉਹ ਵੀ ਲਗਾਤਾਰ ਇਹ ਲਗਾਏ ਗਏ ਸੀ ਪਹਿਲਾਂ, ਜਿਸ ਤਹਿਤ ਇਹਨਾਂ ਤੋਂ 2 ਵਾਰ ਪੁੱਛਗਿੱਛ ਵੀ ਕੀਤੀ ਗਈ ਸੀ ਅਤੇ ਹੁਣ ਅੱਜ ਪੁੱਛਗਿੱਛ ਤੋਂ ਚੱਲੀ ਤਾਂ 4 ਘੰਟੇ ਚੱਲੀ ਇਸ ਪੁੱਛਗਿੱਛ ਤੋਂ ਬਾਅਦ ਉਹਨਾਂ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ। ਦੱਸ ਦਈਏ ਕਿ ਅਮਾਨਤੁੱਲਾ ਖਾਨ ਦਿੱਲੀ ਦੀ ਓਖਲਾ ਸੀਟ ਤੋਂ ਵਿਧਾਇਕ ਨੇਗੇ। ਸੋ ਉਹਨਾਂ ਦੇ ਉੱਪਰ ਅੱਜ ਜਿਹੜਾ ਇਹ ਐਕਸ਼ਨ ਹੋਇਆ ਅਤੇ ਜਿਹੜੇ ਇਹ ਮੇਨ 3 ਕਾਰਨ ਜਿਨ੍ਹਾਂ ਕਾਰਨਾਂ ਕਰਕੇ ਉਹਨਾਂ ਨੂੰ
ਪੁੱਛਗਿੱਛ ਤੋਂ ਬਾਅਦ ਅਰੈਸਟ ਕੀਤਾ ਗਿਆ, ਜਿਨ੍ਹਾਂ ਦੇ ਵਿੱਚ ਵਕਫ ਬੋਰਡ ਦੀ ਸੰਪਤੀ ਨੂੰ ਗਲਤ ਤਰੀਕੇ ਨਾਲ ਕਿਰਾਏ 'ਤੇ ਦੇਣਾ, 32 ਲੋਕਾਂ ਦੀ ਭਰਤੀ ਵਕਫ ਬੋਰਡ ਦੇ ਵਿੱਚ ਗਲਤ ਤਰੀਕੇ ਦੇ ਨਾਲ ਕਰਨਾ, ਅਤੇ ਨਾਲ ਹੀ ਨਾਲ ਜਿਹੜੇ ਫੰਡਾਂ ਦੇ ਗਲਤ ਇਸਤੇਮਾਲ ਦੇ ਇਲਜ਼ਾਮ ਜਿਹੜੇ ਅਮਾਨਤੁੱਲਾ ਖਾਨ ਦੇ ਉੱਪਰ ਲੱਗੇ ਨੇ। ਈਡੀ ਦੇ ਐਕਸ਼ਨ ਤੋਂ ਬਾਅਦ ਅਮਾਨਤੁੱਲਾ ਖਾਨ ਨੇ ਖੁਦ ਕਿਹਾ ਸੀ ਕਿ ਸਰਚ ਵਾਰੰਟ ਦੇ ਨਾਮ ਦੇ ਉੱਪਰ ਈਡੀ ਦਾ ਮਕਸਦ ਉਹਨਾਂ ਨੂੰ ਸਿਰਫ ਔਰ ਸਿਰਫ ਗ੍ਰਿਫਤਾਰ ਕਰਨਾ ਹੈ। ਉਹਨਾਂ ਨੇ ਕਿਹਾ ਕਿ ਮੈਂ ਹਰ ਨੋਟਿਸ ਦਾ ਜਵਾਬ ਦਿੱਤਾ ਹੈ, ਮੈਨੂੰ 2 ਸਾਲ ਹੋ ਗਏ ਨੇ, ਇਹ ਲੋਕ ਮੈਨੂੰ ਪਰੇਸ਼ਾਨ ਕਰ ਰਹੇ ਨੇ। ਇਹ ਅਮਾਨਤੁੱਲਾ ਖਾਨ ਨੇ ਈਡੀ ਦੇ ਐਕਸ਼ਨ ਤੋਂ ਬਾਅਦ ਕਿਹਾ ਸੀ। ਸੋ ਦੱਸ ਦਈਏ ਕਿ ਦਰਵਾਜ਼ੇ 'ਤੇ ਹੀ ਈਡੀ ਜਦੋਂ ਇਹਨਾਂ ਦੇ ਘਰ ਦਰਵਾਜ਼ੇ ਦੇ ਉੱਪਰ ਪਹੁੰਚੀ, ਗੇਟ 'ਤੇ ਪਹੁੰਚੀ, ਤਾਂ ਉੱਥੇ ਹੀ ਈਡੀ ਦੇ ਅਫਸਰਾਂ ਦੇ ਨਾਲ ਅਮਾਨਤੁੱਲਾ ਖਾਨ ਦੀ ਬਹਿਸ ਹੁੰਦੀ ਹੋਈ ਦਿਖਾਈ ਦਿੱਤੀ ਸੀ। ਦੱਸ ਦਈਏ ਕਿ ਅਮਾਨਤੁੱਲਾ ਖਾਨ ਅਤੇ ਈਡੀ ਦੀ ਟੀਮ ਦੇ ਦਰਵਾਜ਼ੇ 'ਤੇ ਹੀ ਬਹਿਸ ਹੋ ਚੁੱਕੀ ਸੀ। ਈਡੀ ਦੀ ਟੀਮ ਨੇ ਕਿਹਾ ਕਿ ਆਪ ਤੁਸੀਂ ਬਾਹਰ ਆ ਜਾਓ ਅਤੇ ਆ ਕੇ ਗੱਲ ਕਰੋ, ਅਤੇ ਇਹਦੇ ਉੱਪਰ ਅਮਾਨਤੁੱਲਾ ਖਾਨ ਨੇ ਕਿਹਾ ਕਿ ਮੈਂ 4 ਹਫ਼ਤਿਆਂ ਦਾ ਸਮਾਂ ਮੰਗਿਆ, ਮੇਰੀ ਸੱਸ ਦਾ ਓਪਰੇਸ਼ਨ ਹੋਇਆ, 3 ਦਿਨ ਪਹਿਲਾਂ ਉਹਨਾਂ ਦਾ ਓਪਰੇਸ਼ਨ ਹੋਇਆ, ਅਤੇ ਤੁਸੀਂ ਮੈਨੂੰ ਅਰੈਸਟ ਕਰਨ ਆ ਗਏ। ਇਸ ਦੇ ਉੱਪਰ ਈਡੀ ਦੇ ਅਫਸਰਾਂ ਵੱਲੋਂ ਕਿਹਾ ਗਿਆ ਸੀ ਕਿ ਉਹ ਅਰੈਸਟ ਕਰਨ ਹੀ ਆਏ, ਤਾਂ ਇਸ ਦੇ ਜਵਾਬ ਦੇ ਵਿੱਚ ਅਮਾਨਤੁੱਲਾ ਖਾਨ ਦੇ ਵੱਲੋਂ ਕਿਹਾ ਗਿਆ ਸੀ ਤਾਂ ਜੇਕਰ ਤੁਸੀਂ ਮੈਨੂੰ ਅਰੈਸਟ ਕਰਨ ਹੀ ਆਏ ਤਾਂ ਫਿਰ ਤੁਸੀਂ ਮੇਰੇ ਘਰ ਦੇ ਵਿੱਚ ਕੀ ਕਰਨ ਆਏ ਹੋ, ਤੁਸੀਂ ਜੋ ਸਰਚ ਵਾਰੰਟ ਲੈ ਕੇ ਆਏ ਹੋ, ਤੁਸੀਂ ਆਖਰ ਦੇਖਣਾ ਕੀ ਆ, ਲੱਭਣਾ ਕੀ ਆ ਮੇਰੇ ਘਰ ਦੇ ਵਿੱਚੋਂ। ਇਸ ਤਰ੍ਹਾਂ ਦੀ ਬਹਿਸ ਆ ਜਿਹੜੀ ਅੱਜ ਸਵੇਰੇ ਅਮਾਨਤੁੱਲਾ ਖਾਨ ਅਤੇ ਈਡੀ ਦੇ ਅਫਸਰਾਂ ਦੇ ਵਿਚਕਾਰ ਹੁੰਦੀ ਦਿਖਾਈ ਦਿੰਦੀ ਸੀ। ਸੋ ਈਡੀ ਦੇ ਘਰ ਪਹੁੰਚਣ ਤੋਂ ਬਾਅਦ ਅਮਾਨਤੁੱਲਾ ਖਾਨ ਨੇ ਖੁਦ ਇੱਕ ਵੀਡੀਓ ਸ਼ੇਅਰ ਕੀਤੀ ਸੀ, ਉਹਨਾਂ ਦੇ ਵਿੱਚੋਂ ਕਹਿੰਦੇ ਨਜ਼ਰ ਆਏ ਸੀ ਕਿ 2016 ਤੋਂ ਇਹ ਕੇਸ ਹੈ ਜਿਹੜਾ ਚੱਲ ਰਿਹਾ, ਇਹ ਕੇਸ ਪੂਰੀ ਤਰ੍ਹਾਂ ਫਰਜ਼ੀ ਹੈ। CBI ਨੇ ਖੁਦ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਜਾਂ ਲੈਣ ਦੇਣ ਨਹੀਂ ਹੋਏ, ਇਹਨਾਂ ਦਾ ਮਕਸਦ ਸਿਰਫ ਔਰ ਸਿਰਫ ਸਾਡੀ ਪਾਰਟੀ ਨੂੰ ਤੋੜਨਾ ਹੈ, ਜੇਲ੍ਹ ਭੇਜਣਗੇ ਤਿਆਰ ਹੈ, ਕੋਰਟ 'ਤੇ ਮੈਨੂੰ ਪੂਰਾ ਭਰੋਸਾ। ਇਹ ਇੱਕ ਵੀਡੀਓ ਹੈ ਜਿਹੜੀ ਖੁਦ ਅਮਾਨਤੁੱਲਾ ਖਾਨ ਤੋਂ ਵੱਲੋਂ ਪਾਈ ਗਈ ਸੀ ਜਦੋਂ ED ਦਾ ਉਹਨਾਂ ਦੇ ਘਰ ਦੇ ਉੱਪਰ ਐਕਸ਼ਨ ਹੋਇਆ ਸੀ। ED ਉਹਨਾਂ ਦੇ ਘਰ ਪਹੁੰਚੀ, ਜਿਸ ਤੋਂ ਬਾਅਦ ਇਹ ਵੀਡੀਓ ਪਾਈ ਸੀ। ਉਹਨਾਂ ਨੇ ਅੱਗੇ ਕਿਹਾ ਸੀ ਕਿ ਮੁੱਖ ਮੰਤਰੀ ਕੇਜਰੀਵਾਲ ਜੇਲ੍ਹ 'ਚ ਨੇ, ਉਪ ਮੁੱਖ ਮੰਤਰੀ ਜੇਲ੍ਹ ਤੋਂ ਬਾਹਰ ਆਏ ਨੇ, ਸੰਜੇ ਸਿੰਘ ਅਤੇ ਸਤਿੰਦਰ ਜੈਨ ਜੇਲ੍ਹ ਦੇ ਵਿੱਚ ਰਹੇ ਨੇ, ਹੁਣ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਨੇ। ਓਖਲਾ ਦੀ ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਦੁਆ ਕਰੋ, ਜੋ ਵੀ ਕੰਮ ਨੇ ਉਹ ਸਭ ਪੂਰੇ ਕੀਤੇ ਜਾਣਗੇ, ਘਬਰਾਉਣ ਦੀ ਕੋਈ ਜ਼ਰੂਰਤ ਨਹੀਂ। ਹੁਣ ਉਹ ਲੋਕ ਸਾਨੂੰ ਤੋੜਨ ਦੀ ਗੱਲ ਕਰ ਰਹੇ ਨੇ, ਜੇਲ੍ਹ ਭੇਜਣ ਦੀ ਗੱਲ ਕਰ ਰਹੇ ਨੇ, ਅਸੀਂ ਤਿਆਰ ਹਾਂ, ਸਾਨੂੰ ਕੋਰਟ ਦੇ ਉੱਪਰ ਭਰੋਸਾ ਹੈ, ਸਾਨੂੰ ਇਨਸਾਫ ਜ਼ਰੂਰ ਮਿਲੇਗਾ, ਮੁਕੱਦਮਾ ਫਰਜ਼ੀ ਹੈ। ਇਹ ਕਹਿੰਦੇ ਹੋਏ ਅਮਾਨਤੁੱਲਾ ਸਾਹਮਣੇ ਆਏ ਸੀ। ਇਹ ਲੋਕ CBI ACB ਤੋਂ ਬਾਅਦ ਹੁਣ ED ਲੈ ਕੇ ਆਏ ਨੇ। CBI ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਭ੍ਰਿਸ਼ਟਾਚਾਰ ਜਾਂ ਲੈਣ ਦੇਣ ਨਹੀਂ ਹੋਇਆ, ਇਸ ਤੋਂ ਬਾਅਦ ਵੀ ਇਹਨਾਂ ਨੇ ਫਰਜ਼ੀ ਮੁਕੱਦਮਾ ਜਿਹੜਾ ਉਹ ਚਲਾਇਆ ਹੈ। ਸੋ ਇਹ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਮਾਨਤੁੱਲਾ ਖਾਨ ਤੋਂ ਜਿਹੜੀ ਪੁੱਛਗਿੱਛ ਹੈ ਉਹ ਕੀਤੀ ਜਾ ਚੁੱਕੀ ਹੈ। 18 ਅਪ੍ਰੈਲ 2024 ਇਸੀ ਸਾਲ 18 ਅਪ੍ਰੈਲ ਨੂੰ ਵੀ ਜਾਂਚ ਏਜੰਸੀ ਨੇ 13 ਘੰਟੇ ਤੱਕ ਅਮਾਨਤੁੱਲਾ ਖਾਨ ਤੋਂ ਇਸ ਮਾਮਲੇ ਦੇ ਵਿੱਚ ਪੁੱਛਗਿੱਛ ਕੀਤੀ ਸੀ। ED ਦਫ਼ਤਰ ਦੇ ਨਿਕਲਣ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੈਂ ਸੁਪਰੀਮ ਕੋਰਟ ਦੇ ਨਿਰਦੇਸ਼ 'ਤੇ ਆਇਆ, ਜਾਂਚ ਏਜੰਸੀ ਨੇ ਪੁੱਛਤਾਛ ਕੀਤੀ ਹੈ, ਮੇਰਾ ਬਿਆਨ ਦਰਜ ਕਰ ਲਿਆ। ਇਸ ਤੋਂ ਪਹਿਲਾਂ 10 ਅਕਤੂਬਰ 2023 ਨੂੰ ਵੀ ਜਿਹੜੀ ਆ ਪੁੱਛਗਿੱਛ ਉਹ ਕੀਤੀ ਗਈ ਸੀ। ED ਨੇ 10 ਅਕਤੂਬਰ 2023 ਨੂੰ ਦਿੱਲੀ ਦੇ 5 ਠਿਕਾਣੇ 'ਤੇ ਛਾਪਾ ਮਾਰਿਆ ਸੀ। ED ਨੇ ਅਮਾਨਤੁੱਲਾ ਘਰ ਦੇ ਘਰ ਵੀ ਛਾਪਾ ਮਾਰਿਆ ਸੀ। ED ਨੇ ਦਿੱਲੀ ਐਂਟੀ ਕਰਪਸ਼ਨ ਬਿਊਰੋ ਦੀ ਤਰਫ ਤੋਂ ਦਾਖਲ 2 FIR ਬਾਅਦ ਇਹ ਜਿਹੜਾ ਐਕਸ਼ਨ ਲਿਆ ਸੀ। ਇਹ FIR ਵੀ ਦਿੱਲੀ ਵਕਫ ਬੋਰਡ 'ਚ ਵਿੱਚ ਨੌਕਰੀਆਂ ਦੇ ਮਾਮਲੇ ਦੇ ਨਾਲ ਜੁੜੀਆਂ ਹੋਈਆਂ ਸੀ। ਸਤੰਬਰ 2022 ਐਂਟੀ ਕਰਪਸ਼ਨ ਬਿਊਰੋ ਨੇ ਸਤੰਬਰ 2022 ਦੇ ਵਿੱਚ ਅਮਾਨਤੁੱਲਾ ਖਾਨ ਤੋਂ ਪੁੱਛਗਿੱਛ ਕੀਤੀ ਸੀ।
ਇਸੇ ਦੇ ਆਧਾਰ 'ਤੇ ਏਸੀਬੀ ਨੇ ਚਾਰ ਜਗ੍ਹਾ 'ਤੇ ਛਾਪੇ ਮਾਰੇ ਸੀ। ਕਰੀਬ 24 ਲੱਖ ਰੁਪਏ ਕੈਸ਼ ਆ ਜਿਹੜਾ ਉਹ ਬਰਾਮਦ ਕੀਤਾ ਗਿਆ ਸੀ। 2 ਬਿਨਾਂ ਲਾਇਸੈਂਸੀ ਪਿਸਟਲਾਂ ਮਿਲੀਆਂ ਸੀ, ਕਾਰਤੂਸ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਸੀ। ਇਹਦੇ ਆਧਾਰ 'ਤੇ ਅਮਾਲਤੁੱਲਾ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ 28 ਦਸੰਬਰ 2022 ਤੋਂ ਨੂੰ ਜ਼ਮਾਨਤ ਤੋਂ ਬਾਅਦ ਰਿਹਾ ਕੀਤਾ ਗਿਆ ਸੀ। ਸੋ ਇਹ ਪੂਰਾ ਮਾਮਲਾ ਵਕਫ ਬੋਰਡ ਦੀ ਪ੍ਰੋਪਰਟੀ ਦੇ ਨਾਲ ਜੁੜਿਆ ਹੋਇਆ, ਵਕਫ ਬੋਰਡ ਦੀ ਸੰਪੱਤੀ ਦੇ ਨਾਲ ਜੁੜਿਆ ਹੋਇਆ ਅਤੇ ਨੌਕਰੀਆਂ ਦੀ ਵੀ ਗੱਲਬਾਤ ਹੈ ਇਸ ਵਿੱਚ ਵੀ 32 ਜਿਹੜੇ ਲੋਕ ਨੇ ਉਹਨਾਂ ਦੀ ਭਰਤੀ ਵੀ ਸੰਦੇਹ ਦੇ ਘੇਰੇ ਦੇ ਵਿੱਚ ਹੈ। ਸੋ ਅਮਾਨਤੁੱਲਾ ਖਾਂ ਦੇ ਅਧਿਆਕਸ਼ ਰਹਿੰਦੇ ਹੋਏ ਇਹ ਜਿਹੜੀਆਂ ਭਰਤੀਆਂ ਨੇ ਉਹ ਕੀਤੀਆਂ ਗਈਆਂ ਸੀ। ਕੁਝ ਸੰਪੱਤੀ ਸੀਗੀ ਜਿਹੜੀ ਸੰਪੱਤੀ ਨੂੰ ਗਲਤ ਤਰੀਕੇ ਦੇ ਨਾਲ ਕਿਰਾਏ ਦੇ ਉੱਪਰ ਦੇਣ ਦੇ ਇਲਜ਼ਾਮ ਵੀ ਜਿਹੜੇ ਅਮਾਨਤੁੱਲਾ ਖਾਨ ਦੇ ਉੱਪਰ ਲੱਗੇ ਸੀ। ਪਹਿਲਾਂ ਵੀ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਹੈ ਅਤੇ ਇੱਕ ਵਾਰ ਉਹਨਾਂ ਨੂੰ ਏਸੀਬੀ ਦੇ ਐਕਸ਼ਨ ਤੋਂ ਬਾਅਦ, ਐਂਟੀ ਕਰਪਸ਼ਨ ਬਿਊਰੋ ਦੇ ਐਕਸ਼ਨ ਤੋਂ ਬਾਅਦ ਜੇਲ੍ਹ ਜਾਣਾ ਪਿਆ ਸੀ ਅਤੇ ਜ਼ਮਾਨਤ 'ਤੇ ਬਾਹਰ ਆਏ ਹੋਏ ਸੀ। ਸੋ ਅੱਜ ਇੱਕ ਵਾਰ ਫਿਰ ਤੋਂ ਵੱਡਾ ਐਕਸ਼ਨ ਉਹਨਾਂ ਦੇ ਉੱਪਰ ਹੋਇਆ ਅਤੇ ਅੱਜ ਈਡੀ ਦੇ ਵੱਲੋਂ ਉਹਨਾਂ ਨੂੰ ਘਰ ਦੇ ਵਿੱਚ ਚੱਲੀ ਪੁੱਛਗਿੱਛ ਤੋਂ ਬਾਅਦ ਅਰੈਸਟ ਕਰਕੇ ਦਫ਼ਤਰ ਲਿਜਾਇਆ ਜਾ ਰਿਹਾ ਹੈ। ਸੋ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰੋਜ਼ਾਨਾ ਲੋਕਨਾ ਟੀਵੀ ਦੇ ਨਾਲ।